ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪਣੀ ਅੱਜ ਦੀ ਇਸ ਵੀਡੀਓ ਦਾ ਵਿਸ਼ਾ ਹੈ ਕਿ ਰੋਜ਼ ਰਾਤ ਨੂੰ ਸੌਣ ਤੋਂ ਪਹਿਲਾਂ ਗੁਰਬਾਣੀ ਦੀ ਇੱਕ ਪੰਕਤੀ ਜਾਂ ਫਿਰ ਜਪਜੀ ਸਾਹਿਬ ਜੀ ਦੇ ਪਾਠ ਦੀ ਇੱਕ ਪੰਕਤੀ ਦਾ ਜਾਪ ਕਰਕੇ ਸੋਇਆ ਕਰੋ, ਤਾਂ ਦੇਖਣਾ ਦਿਨਾਂ ਦੇ ਵਿੱਚ ਜ਼ਿੰਦਗੀ ਬਦਲ ਜਾਵੇਗੀ। ਅੱਜ ਦੀ ਵੀਡੀਓ ਦੇ ਵਿੱਚ ਆਪਾਂ ਜਪਜੀ ਸਾਹਿਬ ਜੀ ਦੀ ਬਾਣੀ ਦੀ ਗੱਲ ਕਰਾਂਗੇ। ਇਸ ਕਰਕੇ ਆਪ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਆ ਕਿ ਜੇਕਰ ਇਹ ਵੀਡੀਓ ਤੁਹਾਡੇ ਤੱਕ ਆ ਗਈ ਆ, ਤੁਸੀਂ ਸੁਣਨੀ ਸ਼ੁਰੂ ਕਰ ਦਿੱਤੀ ਆ, ਤਾਂ ਕਿਰਪਾ ਕਰਕੇ ਅੱਜ ਦੀ ਇਸ ਵੀਡੀਓ ਨੂੰ ਪੂਰਾ ਜ਼ਰੂਰ ਸੁਣਿਓ ਜੀ, ਕਿਉਂਕਿ ਅੱਧੀ ਅਧੂਰੀ ਗੱਲ ਸੁਣਿਆ ਪੂਰੀ ਸਮਝ ਨਹੀਂ ਆਉਂਦੀ ਕਿ ਕੀ ਸਮਝਾਉਣ ਦੀ ਕੋਸ਼ਿਸ਼ ਕੀਤੀ ਆ। ਆਪਾਂ ਇਸ ਵਿਸ਼ੇ ਦੇ ਉੱਤੇ ਪਹਿਲਾਂ ਵੀ ਇੱਕ ਵੀਡੀਓ ਬਣਾਈ ਸੀ ਜਿਹਦੇ ਵਿੱਚ ਕੁਝ ਭੈਣ ਭਰਾਵਾਂ ਨੇ ਵਾਰ ਵਾਰ ਇਹ ਕਮੈਂਟ ਕਰਕੇ ਪੁੱਛਿਆ ਸੀ ਕਿ ਤੁਸੀਂ ਜਪਜੀ ਸਾਹਿਬ ਜੀ ਦੀ ਬਾਣੀ ਦੀ ਕਿਸ ਪੰਕਤੀ ਬਾਰੇ ਗੱਲ ਕੀਤੀ ਆ। ਇਸ ਕਰਕੇ ਆਪਾਂ ਨੂੰ ਇਹ ਵੀਡੀਓ ਦੁਬਾਰਾ ਬਣਾਉਣੀ ਪਈ ਆ ਤਾਂ ਜੋ ਤੁਹਾਨੂੰ ਚੰਗੀ ਤਰ੍ਹਾਂ ਸਮਝ ਦੇ ਵਿੱਚ ਆ ਜਾਵੇ ਕਿ ਆਪਾਂ ਕਿਸ ਬਾਰੇ ਗੱਲ ਕੀਤੀ ਆ। ਤਾਂ ਵੀਡੀਓ ਸ਼ੁਰੂ ਕਰਨ ਜਾ ਰਹੇ ਹਾਂ, ਵੀਡੀਓ ਨੂੰ ਪੂਰਾ ਸੁਣਿਓ ਜੇ। ਜੇ ਵੀਡੀਓ ਤੁਹਾਨੂੰ ਚੰਗੀ ਲੱਗੀ ਫਿਰ ਤੁਸੀਂ ਇਸ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਤਾਂ ਜੋ ਇਹ ਮੈਸੇਜ ਹੋਰ ਵੀ ਭੈਣ ਭਰਾਵਾਂ ਤੱਕ ਪਹੁੰਚ ਸਕੇ। ਤਾਂ ਆਓ ਅੱਜ ਦੀ ਵੀਡੀਓ ਸ਼ੁਰੂ ਕਰਦੇ ਹਾਂ। ਸੰਗਤ ਜੀ, ਆਪਾਂ ਪਹਿਲਾਂ ਵੀ ਇਸ ਵਿਸ਼ੇ ਦੇ ਉੱਤੇ ਵੀਡੀਓ ਬਣਾਈ ਸੀ ਜਿਹਦੇ ਵਿੱਚ ਆਪਾਂ ਜਪਜੀ ਸਾਹਿਬ ਜੀ ਦੀ ਬਾਣੀ ਦੀ ਤਾਕਤ ਬਾਰੇ, ਜਪਜੀ ਸਾਹਿਬ ਜੀ ਦੀ ਬਾਣੀ ਦੀ ਮਹੱਤਤਾ ਬਾਰੇ ਦੱਸਿਆ ਸੀ। ਸਭ ਤੋਂ ਪਹਿਲਾਂ ਆਪਾਂ ਛੇਵੇਂ ਪਾਤਸ਼ਾਹ ਜੀ ਦੇ ਸਮੇਂ ਦੀ ਇੱਕ ਸਾਖੀ ਆਪ ਜੀ ਦੇ ਨਾਲ ਸਾਂਝੀ ਕੀਤੀ ਸੀ। ਛੇਵੇਂ ਪਾਤਸ਼ਾਹ ਜੀ ਦੇ ਸਮੇਂ ਦੇ ਵਿੱਚ ਇੱਕ ਸਿੱਖ ਹੋਇਆ ਭਾਈ ਗੋਪਾਲਾ ਜੀ। ਉਹ ਭਾਈ ਗੋਪਾਲਾ ਜੀ ਨੇ ਸਤਿਗੁਰ ਸੱਚੇ ਪਾਤਸ਼ਾਹ ਨੂੰ ਇੱਕ ਮਨ ਇੱਕ ਚਿੱਤ ਹੋ ਕੇ ਬੜੇ ਹੀ ਪਿਆਰ ਦੇ ਵਿੱਚ ਭਿੱਜ ਕੇ ਜਪਜੀ ਸਾਹਿਬ ਜੀ ਦੀ ਬਾਣੀ ਦਾ ਸ਼ੁੱਧ ਉਚਾਰਨ ਕਰਕੇ ਸੁਣਾਇਆ ਸੀ। ਤਾਂ ਛੇਵੇਂ ਪਾਤਸ਼ਾਹ ਆਪਣੇ ਉਸ ਸਿੱਖ ਤੋਂ ਇੰਨੇ ਖੁਸ਼ ਹੋਏ ਕਿ ਉਹਨੂੰ ਆਪਣੀ ਗੁਰੂ ਗੱਦੀ ਦੇਣ ਨੂੰ ਤਿਆਰ ਹੋ ਗਏ। ਉਹ ਤਾਂ ਐਨ ਮੌਕੇ ਤੇ ਭਾਈ ਗੋਪਾਲਾ ਜੀ ਦੇ ਮਨ ਦੇ ਵਿੱਚ ਘੋੜੇ ਦੀ ਇੱਛਾ ਆ ਗਈ, ਇਸ ਕਰਕੇ ਸਤਿਗੁਰ ਸੱਚੇ ਪਾਤਸ਼ਾਹ ਨੂੰ ਉਹਨਾਂ ਦੇ ਮਨ ਦੀ ਇੱਛਾ ਪੂਰੀ ਕਰਨੀ ਪਈ, ਨਹੀਂ ਤਾਂ ਸਤਿਗੁਰ ਸੱਚੇ ਪਾਤਸ਼ਾਹ ਆਪਣੀ ਮਰਜ਼ੀ ਦੇ ਨਾਲ ਉਹਨਾਂ ਨੂੰ ਆਪਣੀ ਗੁਰੂ ਗੱਦੀ ਦੇਣ ਨੂੰ ਤਿਆਰ ਹੋ ਗਏ ਸੀ, ਗੁਰੂ ਨਾਨਕ ਪਾਤਸ਼ਾਹ ਦੇ ਘਰ ਦਾ ਵਾਰਸ ਬਣਾਉਣ ਨੂੰ ਤਿਆਰ ਹੋ ਗਏ ਸੀ। ਸੋ ਇਹ ਸਾਖੀ ਆਪਾਂ ਆਪ ਜੀ ਦੇ ਨਾਲ ਇਸ ਕਰਕੇ ਸਾਂਝੀ ਕੀਤੀ ਸੀ, ਇਸ ਵੀਡੀਓ ਦੇ ਵਿੱਚ ਆਪਾਂ ਸ਼ੋਰਟ ਵਿੱਚ ਦੱਸਿਆ ਹੈ, ਉਸ ਵੀਡੀਓ ਦੇ ਵਿੱਚ ਆਪਾਂ ਪੂਰੀ ਸਾਖੀ ਆਪ ਜੀ ਦੇ ਨਾਲ ਸਾਂਝੀ ਕੀਤੀ ਸੀ। ਅਤੇ ਸਾਖੀ ਸੁਣਾਉਣ ਦਾ ਮਕਸਦ ਇਹ ਸੀ ਕਿ ਸਾਨੂੰ ਇਸ ਗੱਲ ਦੀ ਸਮਝ ਲੱਗ ਜਾਵੇ ਕਿ ਮੇਰੇ ਛੇਵੇਂ ਪਾਤਸ਼ਾਹ ਜੀ ਨੂੰ ਜਪਜੀ ਸਾਹਿਬ ਜੀ ਦੀ ਬਾਣੀ ਦੇ ਨਾਲ ਅਤੇ ਜਪਜੀ ਸਾਹਿਬ ਜੀ ਦਾ ਪਾਠ ਕਰਨ ਵਾਲਿਆਂ ਦੇ ਨਾਲ ਕਿੰਨਾ ਪਿਆਰ ਆ, ਸਤਿਗੁਰ ਸੱਚੇ ਪਾਤਸ਼ਾਹ ਕਿੰਝ ਖੁਸ਼ ਹੋ ਕੇ ਜਪਜੀ ਸਾਹਿਬ ਜੀ ਦਾ ਪਾਠ ਕਰਨ ਵਾਲਿਆਂ ਦੀ ਝੋਲੀ ਖੁਸ਼ੀਆਂ ਦੇ ਨਾਲ ਭਰਦੇ ਨੇ, ਕਿੰਝ ਉਹਨਾਂ ਦੇ ਉੱਤੇ ਮਿਹਰਾਂ ਬਰਕਤਾਂ ਕਰਦੇ ਨੇ। ਜਪਜੀ ਸਾਹਿਬ ਜੀ ਦੀ ਬਾਣੀ ਮੇਰੇ ਪਹਿਲੇ ਪਾਤਸ਼ਾਹ ਜੀ ਤੋਂ ਲੈ ਕੇ ਦਸਵੇਂ ਪਾਤਸ਼ਾਹ ਤੱਕ ਅਤੇ ਜਿੰਨੇ ਵੀ ਸ਼ਹੀਦ ਸਿੰਘ ਹੋਏ ਨੇ, ਜਿਨ੍ਹਾਂ ਨੇ ਇਸ ਦੇਸ਼ ਕੌਮ ਦੇ ਲਈ ਕੁਰਬਾਨੀਆਂ ਕੀਤੀਆਂ, ਸਭ ਦੇ ਜੀਵਨ ਬਾਰੇ ਪੜ੍ਹ ਕੇ ਦੇਖ ਲਓ, ਸਭ ਦੇ ਨਿਤਨੇਮ ਦੇ ਵਿੱਚ ਜਪਜੀ ਸਾਹਿਬ ਜੀ ਦੀ ਬਾਣੀ ਜ਼ਰੂਰ ਸ਼ਾਮਲ। ਧੰਨ ਧੰਨ ਬਾਬਾ ਦੀਪ ਸਿੰਘ ਜੀ, ਜੋ ਕਿ ਰੋਜ਼ਾਨਾ 101 ਪਾਠ ਜਪਜੀ ਸਾਹਿਬ ਜੀ ਦੇ ਕਰਦੇ ਸਨ। ਜਪਜੀ ਸਾਹਿਬ ਜੀ ਦੀ ਬਾਣੀ ਬੜੀ ਮਹਾਨ ਬਾਣੀ ਆ ਅਤੇ ਜਪਜੀ ਸਾਹਿਬ ਜੀ ਦੀ ਬਾਣੀ ਸ਼ੁਰੂਆਤ ਆ, ਮੁੱਢ ਆ। ਹੁਣ ਸਾਡੇ ਵਿੱਚੋਂ ਕਈ ਭੈਣ ਭਰਾ ਨੇ ਜੋ ਜਪਜੀ ਸਾਹਿਬ ਜੀ ਦਾ ਪਾਠ ਰੋਜ਼ ਕਰਦੇ ਹੋਣਗੇ, ਪਰ ਆਪਾਂ ਨੂੰ ਨਹੀਂ ਪਤਾ ਲੱਗਦਾ, ਆਪਾਂ ਜਾਣੇ ਅਣਜਾਣੇ ਦੇ ਵਿੱਚ ਬਹੁਤ ਸਾਰੀਆਂ ਗਲਤੀਆਂ ਕਰ ਜਾਂਦੇ ਹਾਂ ਅਤੇ ਉਹ ਗਲਤੀਆਂ ਸਾਡੀ ਜ਼ੁਬਾਨ ਦੇ ਉੱਤੇ ਇੰਨਾ ਪੱਕ ਗਈਆਂ
ਕਿ ਅਸੀਂ ਉਹਨਾਂ ਨੂੰ ਸੁਧਾਰਨ ਦੀ ਕੋਸ਼ਿਸ਼ ਵੀ ਕਰੀਏ ਫਿਰ ਵਾਰ ਵਾਰ ਅਸੀਂ ਉਹ ਸ਼ਬਦ ਦਾ ਗਲਤ ਉਚਾਰਨ ਕਰ ਬੈਠਦੇ ਹਾਂ। ਇਸ ਕਰਕੇ ਆਪਾਂ ਇਹ ਵੀਡੀਓ ਬਣਾਈ ਆ ਤਾਂ ਜੋ ਗੁਰਬਾਣੀ ਦਾ ਸ਼ੁੱਧ ਉਚਾਰਨ ਕਰਨਾ ਸਿੱਖੀਏ। ਰੋਜ਼ ਰੋਜ਼ ਆਪਾਂ ਜਪਜੀ ਸਾਹਿਬ ਜੀ ਦੇ ਪਾਠ ਨੂੰ ਸ਼ੁੱਧ ਉਚਾਰਨ ਕਰਨ ਦੀ ਕੋਸ਼ਿਸ਼ ਕਰੀਏ। ਗੁਰਬਾਣੀ ਦੀ ਇੱਕ ਇੱਕ ਪੰਕਤੀ ਤੋਂ ਵੀ ਸ਼ੁਰੂਆਤ ਕਰ ਲਵਾਂਗੇ ਤਾਂ ਵੀ ਸਾਡਾ ਭਲਾ ਹੋ ਜਾਵੇਗਾ। ਜੇਕਰ ਆਪਾਂ ਰੋਜ਼ਾਨਾ ਗੁਰਬਾਣੀ ਦੀ ਇੱਕ ਇੱਕ ਪੰਕਤੀ ਦਾ ਵੀ ਸ਼ੁੱਧ ਉਚਾਰਨ ਕਰਨਾ ਸਿੱਖੀਏ ਤਾਂ ਆਪਾਂ ਸਾਰੀ ਬਾਣੀ ਦਾ ਸ਼ੁੱਧ ਉਚਾਰਨ ਕਰਨਾ ਸਿੱਖ ਜਾਵਾਂਗੇ। ਪਰ ਕੋਸ਼ਿਸ਼ ਤਾਂ ਕਰੀਏ, ਸ਼ੁਰੂਆਤ ਜਪਜੀ ਸਾਹਿਬ ਜੀ ਦੇ ਪਾਠ ਤੋਂ ਕਰ ਲਈਏ। ਜੇਕਰ ਤੁਹਾਨੂੰ ਅੰਮ੍ਰਿਤ ਵੇਲੇ ਦੇ ਵਿੱਚ ਸਮਾਂ ਨਹੀਂ ਮਿਲਦਾ ਜਾਂ ਬਾਕੀ ਦਿਨ ਦੇ ਵਿੱਚ ਸਮਾਂ ਨਹੀਂ ਮਿਲਦਾ ਤਾਂ ਰਾਤ ਨੂੰ ਜਦੋਂ ਆਪਾਂ ਸਾਰੇ ਕੰਮ ਧੰਦੇ ਕਰਕੇ ਵਿਹਲੇ ਹੋ ਜਾਂਦੇ ਹਾਂ, ਸਾਰੀਆਂ ਜ਼ਿੰਮੇਵਾਰੀਆਂ ਆਪਣੀਆਂ ਨਿਭਾ ਕੇ ਸੌਣ ਦੇ ਲਈ ਬਿਸਤਰ ਤੇ ਜਾਂਦੇ ਹਾਂ, ਉਦੋਂ ਜੇਕਰ ਸਿਰਫ 5 ਮਿੰਟ ਕੱਢ ਲਈਏ ਕਿ ਆਪਾਂ ਜਪਜੀ ਸਾਹਿਬ ਜੀ ਦੀ ਬਾਣੀ ਦੀ ਪਹਿਲੇ ਦਿਨ ਇੱਕ ਪੰਕਤੀ ਉਹਨੂੰ ਵਾਰ ਵਾਰ ਪੜ੍ਹੀਏ। ਪਹਿਲੀ ਗੱਲ ਤਾਂ ਜਦੋਂ ਆਪਾਂ ਕਿਸੇ ਵੀ ਪੰਕਤੀ ਨੂੰ 5 ਵਾਰ ਪੜ੍ਹਦੇ ਹਾਂ, ਕਿਸੇ ਵੀ ਸ਼ਬਦ ਨੂੰ 5 ਵਾਰ ਪੜ੍ਹਦੇ ਹਾਂ, ਸਹਿਜ ਦੇ ਨਾਲ ਪੜ੍ਹਦੇ ਹਾਂ, ਪਿਆਰ ਨਾਲ ਪੜ੍ਹਦੇ ਹਾਂ, ਤਾਂ ਸਾਨੂੰ ਆਪਣੇ ਆਪ ਹੀ ਸਾਡੀਆਂ ਗਲਤੀਆਂ ਨਜ਼ਰ ਆਉਂਦੀਆਂ ਨੇ ਵੀ ਮੈਂ ਇਸ ਸ਼ਬਦ ਦੇ ਵਿੱਚ ਇੱਥੇ ਗਲਤੀ ਕੀਤੀ ਹੈ, ਇਸ ਸ਼ਬਦ ਦਾ ਗਲਤ ਉਚਾਰਨ ਕੀਤਾ ਹੈ। ਅਤੇ ਦੂਸਰੀ ਗੱਲ ਕਿ ਜਦੋਂ ਆਪਾਂ ਵਾਰ ਵਾਰ ਇੱਕ ਪੰਕਤੀ ਨੂੰ ਪੜ੍ਹਦੇ ਹਾਂ ਨਾ, ਪੰਕਤੀ ਦੇ ਸਾਨੂੰ ਅਰਥ ਸਮਝ ਆਉਣੇ ਸ਼ੁਰੂ ਹੋ ਜਾਂਦੇ ਆ, ਗੁਰਬਾਣੀ ਦੇ ਅਰਥ ਸਮਝ ਆਉਣੇ ਸ਼ੁਰੂ ਹੋ ਜਾਂਦੇ ਆ। ਹੁਣ ਸੁਖਮਨੀ ਸਾਹਿਬ ਜੀ ਦੀ ਬਾਣੀ ਦੀ ਗੱਲ ਕਰੀਏ ਤਾਂ ਦੀ ਬਾਣੀ ਦੇ ਅਰਥ ਆਸਾਨੀ ਦੇ ਨਾਲ ਸਮਝ ਦੇ ਵਿੱਚ ਆਉਂਦੇ ਆ, ਪਰ ਉਹਨਾਂ ਨੂੰ ਆਉਂਦੇ ਜਿਹੜੇ ਸਹਿਜ ਦੇ ਨਾਲ ਪਾਠ ਕਰਦੇ ਨੇ। ਜੇ ਆਪਾਂ ਕਾਹਲੀ ਕਾਹਲੀ ਪਾਠ ਕਰੀਏ ਤਾਂ ਸਰਲ ਬਾਣੀ ਦੀ ਵੀ ਸਾਨੂੰ ਸਮਝ ਨਹੀਂ ਲੱਗਦੀ ਕਿ ਗੁਰੂ ਸਾਹਿਬ ਜੀ ਨੇ ਕੀ ਸਮਝਾਉਣ ਦੀ ਕੋਸ਼ਿਸ਼ ਕੀਤੀ ਆ। ਇਸ ਕਰਕੇ ਵੀਡੀਓ ਬਣਾਉਣ ਦਾ ਮਕਸਦ ਸਿਰਫ ਇਹ ਆ ਵੀ ਆਪਾਂ ਗੁਰਬਾਣੀ ਦਾ ਪਾਠ ਸ਼ੁੱਧ ਕਰਨਾ ਸਿੱਖੀਏ, ਜੋ ਸਾਡੀਆਂ ਗਲਤੀਆਂ ਨੇ ਆਪਾਂ ਉਹਨਾਂ ਨੂੰ ਸੁਧਾਰੀਏ। ਸ਼ੁਰੂਆਤ ਆਪਾਂ ਇੱਕ ਇੱਕ ਪੰਕਤੀ ਤੋਂ ਕਰ ਲਈਏ। ਇਹ ਨਹੀਂ ਕਿਹਾ ਵੀ ਸਿਰਫ ਇੱਕੋ ਹੀ ਪੰਕਤੀ ਨੂੰ ਆਪਾਂ ਹਰ ਰੋਜ਼ ਪੜ੍ਹਦੇ ਜਾਣਾ ਹੈ। ਅੱਜ ਇੱਕ ਪੰਕਤੀ, ਅਗਲੇ ਦਿਨ ਦੂਸਰੀ, ਤੀਸਰੇ ਦਿਨ ਤੀਸਰੀ, ਜਾਂ ਜੇ ਇੱਕ ਪੰਕਤੀ 'ਤੇ 2 ਦਿਨ ਲੱਗਦੇ ਆ ਨਾ, 2 ਦਿਨ ਵੀ ਲਾ ਲਓ, ਭਾਵੇਂ 5 ਦਿਨ ਲਾ ਲਓ, ਪਰ ਆਪਾਂ ਸ਼ੁਰੂਆਤ ਕਰੀਏ ਕਿ ਆਪਾਂ ਵੀ ਸ਼ੁੱਧ ਉਚਾਰਨ ਕਰਨਾ ਹੈ। ਜਿਸ ਦਿਨ ਆਪਾਂ ਵੀ ਗੁਰਬਾਣੀ ਦਾ ਸ਼ੁੱਧ ਉਚਾਰਨ ਕਰਨਾ ਸਿੱਖ ਲਿਆ ਤਾਂ ਸਤਿਗੁਰੂ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਅਸੀਂ ਵੀ ਆਪਣੇ ਗੁਰੂ ਪਾਤਸ਼ਾਹ ਜੀ ਦੀ ਖੁਸ਼ੀ ਹਾਸਲ ਕਰ ਸਕਦੇ ਹਾਂ। ਸਤਿਗੁਰੂ ਸੱਚੇ ਪਾਤਸ਼ਾਹ ਸਾਡੇ ਉੱਤੇ ਸਦਾ ਹੀ ਮਿਹਰਬਾਨ ਆ, ਪਰ ਇਹਦਾ ਮਤਲਬ ਇਹ ਵੀ ਨਹੀਂ ਆ ਵੀ ਆਪਾਂ ਸ਼ੁੱਧ ਉਚਾਰਨ ਕਰਨਾ ਸਿੱਖਣਾ ਹੀ ਨਹੀਂ ਆ। ਮੰਨਦੇ ਹਾਂ ਵੀ ਆਪਾਂ ਗੁਰਬਾਣੀ ਦਾ ਪਾਠ ਕਰਨ ਦੀ ਸ਼ੁਰੂਆਤ ਕੀਤੀ ਆ ਤਾਂ ਸ਼ੁਰੂਆਤੀ ਦਿਨਾਂ ਦੇ ਵਿੱਚ ਨਹੀਂ ਪਤਾ ਲੱਗ ਰਿਹਾ ਕਿ ਆਪਣੇ ਤੋਂ ਜਾਣੇ ਅਣਜਾਣੇ ਦੇ ਵਿੱਚ ਗਲਤੀਆਂ ਹੋ ਰਹੀਆਂ ਨੇ, ਪਰ ਆਪਾਂ ਜਾਣ ਬੁੱਝ ਕੇ ਗਲਤੀਆਂ ਨਹੀਂ ਕਰਨੀਆਂ। ਜਿੱਥੇ ਸਾਨੂੰ ਪਤਾ ਲੱਗ ਗਿਆ ਹੈ ਕਿ ਅਸੀਂ ਇੱਥੇ ਗਲਤ ਉਚਾਰਨ ਕਰ ਰਹੇ ਹਾਂ ਤਾਂ ਉਹਨੂੰ ਸੁਧਾਰਨ ਦੀ ਕੋਸ਼ਿਸ਼ ਕਰੀਏ। ਕੋਈ ਵੀ ਕੰਮ ਆ, ਭਾਵੇਂ ਆਪਾਂ ਅਧਿਆਤਮਿਕ ਤੌਰ 'ਤੇ ਤਰੱਕੀ ਕਰਨੀ ਆ, ਭਾਵੇਂ ਆਪਾਂ ਦੁਨਿਆਵੀ ਕੰਮ ਧੰਦਿਆਂ ਦੇ ਵਿੱਚ ਤਰੱਕੀ ਕਰਨੀ ਆ, ਤਰੱਕੀ ਅਸੀਂ ਤਾਂ ਹੀ ਕਰ ਪਾਵਾਂਗੇ ਜੇ ਅਸੀਂ ਰੋਜ਼ ਕੁਝ ਨਾ ਕੁਝ ਸਿੱਖਾਂਗੇ, ਨਵਾਂ ਸਿੱਖਾਂਗੇ। ਅਤੇ ਗੁਰਬਾਣੀ ਦੇ ਪਾਠ ਬਾਰੇ ਮਹਾਂਪੁਰਖ ਜੀ ਹਮੇਸ਼ਾ ਆਪਾਂ ਨੂੰ ਸਮਝਾਉਂਦੇ ਨੇ ਕਿ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਬਾਣੀ ਉਹ ਖਜ਼ਾਨਾ ਹੈ ਜਾਂ ਫਿਰ ਉਹ ਸਮੁੰਦਰ ਆ ਵੀ ਜਿਹਦੇ ਵਿੱਚ ਜਿੰਨਾ ਕੋਈ ਗਹਿਰਾਈ ਦੇ ਨਾਲ ਡੁੱਬਕੀ ਲਾਉਂਦਾ ਹੈ ਨਾ, ਉਨਾ ਹੀ ਕੀਮਤੀ ਮੋਤੀ ਲੱਭ ਕੇ ਲੈ ਆਉਂਦਾ ਹੈ। ਭਾਵ ਕਿ ਜਿੰਨਾ ਹੀ ਆਪਾਂ ਬਾਣੀ ਨੂੰ ਪਿਆਰ ਦੇ ਨਾਲ ਪੜ੍ਹਾਂਗੇ, ਧਿਆਨ ਨਾਲ ਪੜ੍ਹਾਂਗੇ, ਸਹਿਜ ਨਾਲ ਪੜ੍ਹਾਂਗੇ, ਸਮਝ ਸਮਝ ਕੇ ਪੜ੍ਹਾਂਗੇ, ਉਨਾ ਹੀ ਸਾਡਾ ਭਲਾ ਹੁੰਦਾ ਜਾਣਾ ਹੈ, ਉਨੀ ਹੀ ਸਾਡੀ ਜ਼ਿੰਦਗੀ, ਉਨੀ ਛੇਤੀ ਸਾਡੀ ਜ਼ਿੰਦਗੀ ਦੇ ਵਿੱਚ ਬਦਲਾਅ ਆਉਣਾ ਹੈ। ਗੁਰਬਾਣੀ ਦਾ ਪਾਠ ਸਾਡੇ ਗੁਰੂ ਦਾ ਗਿਆਨ ਆ,
ਜਦੋਂ ਆਪਾਂ ਜਪਜੀ ਸਾਹਿਬ ਜੀ ਦੀ ਬਾਣੀ ਪੜ੍ਹਦੇ ਹਾਂ ਨਾ, ਇੰਜ ਮਹਿਸੂਸ ਕਰਨਾ ਹੈ ਕਿ ਸਾਹਮਣੇ ਗੁਰੂ ਨਾਨਕ ਪਾਤਸ਼ਾਹ ਜੀ ਬੈਠੇ ਨੇ, ਉਹ ਸਾਨੂੰ ਬੋਲ ਬੋਲ ਕੇ ਸਮਝਾ ਰਹੇ ਨੇ, ਸਾਡੇ ਨਾਲ ਗੱਲਾਂ ਕਰ ਰਹੇ ਨੇ। ਜਦੋਂ ਇਸ ਤਰ੍ਹਾਂ ਆਪਾਂ ਇੱਕ ਮਨ ਇੱਕ ਚਿੱਤ ਹੋ ਕੇ ਗੁਰਬਾਣੀ ਦਾ ਪਾਠ ਕਰਾਂਗੇ, ਸਮਝ ਸਮਝ ਕੇ ਗੁਰਬਾਣੀ ਦਾ ਪਾਠ ਕਰਾਂਗੇ, ਆਪਣੀਆਂ ਗਲਤੀਆਂ ਨੂੰ ਸੁਧਾਰ ਸੁਧਾਰ ਕੇ ਪਾਠ ਕਰਾਂਗੇ, ਤਾਂ ਸਤਿਗੁਰ ਸੱਚੇ ਪਾਤਸ਼ਾਹ ਬਹੁਤ ਖੁਸ਼ ਹੋਣਗੇ। ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਕਿ ਛੇਵੇਂ ਪਾਤਸ਼ਾਹ ਜੀ ਜੇਕਰ ਭਾਈ ਗੋਪਾਲਾ ਜੀ 'ਤੇ ਖੁਸ਼ ਹੋ ਕੇ ਉਹਦੇ 'ਤੇ ਇੰਨਾ ਮਿਹਰਬਾਨ ਹੋ ਸਕਦੇ ਆ, ਤਾਂ ਫਿਰ ਆਪਣੇ 'ਤੇ ਵੀ ਜ਼ਰੂਰ ਹੋਣਗੇ। ਤਾਂ ਫਿਰ ਆਓ ਆਪਾਂ ਵੀ ਆਪਣੇ ਗੁਰੂ ਦੀ ਖੁਸ਼ੀ ਬਰਕਤ ਹਾਸਲ ਕਰਨ ਦੇ ਲਈ ਗੁਰਬਾਣੀ ਦਾ ਪਾਠ ਕਰਨਾ ਸ਼ੁਰੂ ਕਰੀਏ ਅਤੇ ਗੁਰਬਾਣੀ ਦਾ ਸ਼ੁੱਧ ਉਚਾਰਨ ਕਰਿਆ ਕਰੀਏ। ਜੇਕਰ ਅਜੇ ਤੱਕ ਸਾਡੇ ਕੋਲੋਂ ਜਾਣੇ ਅਣਜਾਣੇ ਦੇ ਵਿੱਚ ਗਲਤੀਆਂ ਹੋ ਰਹੀਆਂ ਨੇ, ਤਾਂ ਅੱਜ ਤੋਂ ਹੀ ਸ਼ੁਰੂਆਤ ਕਰ ਲਈਏ ਕਿ ਰੋਜ਼ ਰੋਜ਼ ਗੁਰਬਾਣੀ ਦੀ ਇੱਕ ਪੰਕਤੀ ਦਾ ਜਾਪ ਕਰਨਾ ਅਸੀਂ ਸਿੱਖਣਾ ਹੈ। ਸ਼ੁਰੂਆਤ ਕਰੀਏ ਹੌਲੀ ਹੌਲੀ, ਸਤਿਗੁਰ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਸਾਰੀਆਂ ਬਾਣੀਆਂ ਦਾ ਹੀ ਸ਼ੁੱਧ ਉਚਾਰਨ ਸਿੱਖ ਜਾਵਾਂਗੇ। ਤਾਂ ਜੇਕਰ ਅੱਜ ਦੀ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਆ, ਤਾਂ ਫਿਰ ਤੁਸੀਂ ਇਸ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦਿਓ ਜੇ, ਤਾਂ ਜੋ ਇਹ ਮੈਸੇਜ ਹੋਰ ਵੀ ਭੈਣ ਭਰਾਵਾਂ ਤੱਕ ਪਹੁੰਚ ਸਕੇ। ਪਰ ਜੇਕਰ ਵੀਡੀਓ ਬਣਾਉਂਦਿਆਂ ਤੋਂ ਕਿਸੇ ਵੀ ਪ੍ਰਕਾਰ ਦੀ ਕੋਈ ਵੀ ਗਲਤੀ ਹੋ ਗਈ ਹੋਵੇ, ਤਾਂ ਵਾਹਿਗੁਰੂ ਜੀ ਮਾਫ਼ ਕਰ ਦੇਣਾ।